ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ 8ਵੀਂ ਜਮਾਤ ਦੀ ਉਸ ਦਾ ਲੈਸਨ ਨੰਬਰ 2 ది ਅਰਥ ਨੀਡਸ ਯੂ ਹਾਉ ਇਸ ਦੀ ਐਕਟੀਵਿਟੀ ਨੰਬਰ 7 ਜਿਸ ਦਾ ਸਿਰਲੇਖ ਹੈ ਲਰਨਿੰਗ ਲੈਂਗੁਏਜ ਕਰੀਏ ਸੋ ਨੋਟਬੁੱਕ 'ਤੇ ਪਹਿਲਾਂ ਲੋ ਤੇ ਫਾਂਸਸ ਨੂੰ ਤੁਸੀਂ ਨੋਟ ਡਾਊਨ ਕਰ ਲਓ ਤੇ ਅਭਿਆਸ ਕਰੋ ਆਪ ਵੀ ਤੇ ਨਾਲ ਉਹਦੇ ਆਧਾਰ 'ਤੇ ਤੁਸੀਂ ਹੋਰ ਆਪਣੇ ਵੱਲੋਂ ਵੀ ਵਾਕ ਬਣਾਉਂਦਾ ਜਤਨ ਕਰਨਾ ਹੈ ਸੋ ਦੇਖੀਏ ਸਲੈਕਟਿਵਿਟੀ ਨੰਬਰ 7 ਕਰਨੀ ਬੱਚਿਓ 기ਵਨ ਬਿਲੋ ਇਜ਼ ਅ ਚਾਰਟ ਵੀ ਥੱਲੇ ਤੁਹਾਡੀ ਕਿਤਾਬ ਚਾਰਟ ਦਿੱਤਾ ਹੋਇਆ ਹੈ ਮੈਂ ਤੇ ਚਾਰਟ ਨਹੀਂ ਬਣਾਇਆ ਪਰ ਉਹ ਮਤਲਬ ਕਿ ਚਾਰਟ ਬਣਿਆ ਹੈ ਤੇ ਤੁਸੀਂ ਨੋਟਬੁੱਕ ਵਿੱਚ ਨੋਟ ਡਾਉਨ ਕਰਿਓ ਤੇ ਕਿਤਾਬ ਵਿੱਚ ਨਾ ਲਿਖਿਓ ਠੀਕ ਹੈ ਸੋ ਰਾਈਟ 3 ਸੈਂਟੈਂਸਸ ਫਾਰ ਈਚ ਪਾਰਟ ਆਫ ਸਪੀਚ ਪਾਰਟ ਆਫ ਸਪੀਚ ਤੁਹਾਨੂੰ ਪਤਾ ਬੱਚਿਓ 8 ਪਾਰਟਸ ਆਫ ਸਪੀਚ ਹੁੰਦੇ ਨੇ ਨਾਉਨ ਪ੍ਰੋਨਾਉਨ ਐਡਜੈਕਟਿਵ ਵਰਬ ਐਡਵਰਬ ਕਿਰਕਨਯੰਸ਼ਨ ਇੰਟਰਜੈਕਸ਼ਨ ਤੇ ਆਪਣਾ ਪ੍ਰੈਪੋਜੀਸ਼ਨ ਠੀਕ ਹੈ ਨਾ ਸੋ ਅੱਠ ਹੁੰਦੇ ਨੇ ਇਨ ਦੀ 기ਵਨ ਸਪੇਸ ਯੂ ਮਸਟ ਆਲਸੋ ਅੰਡਰਲਾਈਨ ਦੀ ਵਰਡ दैट ਰਿਪਰੈਜ਼ੈਂਟਸ ਦੀ ਕੈਟੇਗਰੀ ਸੋ ਕਹਿੰਦੇ ਆ ਜਿਹੜੇ ਇਹ ਅੱਠ ਪਾਰਟਸ ਆਫ ਸਪੀਚ ਹੈਗੇ ਨੇ ਹਰ ਇੱਕ ਵਾਸਤੇ ਤਿੰਨ ਤਿੰਨ ਵਾਕ ਬਣਾਓ ਤੇ ਉਹਨਾਂ ਵਾਕਾਂ ਵਿੱਚ ਜਿਹੜਾ ਉਹ ਸ਼ਬਦ ਉਸ ਕੈਟੇਗਰੀ ਦੀ ਨੁਮਾਇੰਦਗੀ ਕਰਦਾ ਉਹਦੇ ਥੱਲੇ ਤੁਸੀਂ ਉਹਨੂੰ ਹਾਈਲਾਈਟ ਕਰਨਾ ਹੈ ਉਹਦੀ ਨਿਸ਼ਾਨਦੇਹੀ ਕਰਨੀ ਹੈ ਠੀਕ ਹੈ ਆਓ ਦੇਖੀਏ ਸੋ ਨਾਉਨਸ ਨਾਅ ਮੈਂ ਦੇਖੋ ਮੈਂ ਸੈਂਟੈਂਸ ਬਣਾਤੇ ਨੇ ਤਿੰਨ ਤਿੰਨ ਬਾਕੀ ਤੁਸੀਂ ਵੀ ਬਣਾਓ ਹੀ ਲਾਈਕਸ ਟੂ ਰੀਡ ਬੁక్స్ ਹੁਣ ਬੁక్స్ ਜਿਹੜਾ ਹੈ ਨਾਉਨ ਹੈਗਾ ਠੀਕ ਹੈ ਹੈਲਥ ਇਜ਼ ਵੈਲਥ ਅਰਥਾਤ ਸਿਹਤ ਹੀ ਸਰਮਾਇਆ ਹੈ ਸੋ ਸਿਹਤ ਵੀ ਨਾਮ ਹੈਗਾ ਨਾਉਨ ਹੈਗਾ ਵੈਲਥ ਵੀ ਨਾਉਨ ਹੈਗਾ ਸਟੇ ਅਵੇ ਫਰੋਮ ਇਨਟੋਕਸਿਕੈਂਟਸ ਇਨਟੋਕਸਿਕੈਂਟਸ ਹੁੰਦੇ ਬੱਚੇ ਸਾਂਝੇ ਤੌਰ ਤੇ ਨਸ਼ੇ ਤਮਾਕੂ ਹੋ ਗਿਆ ਸ਼ਰਾਬ ਹੋ ਗਈ ਸਮੈਕ ਹੋ ਗਿਆ ਫੀਮ ਹੋ ਗਈ ਕਿੰਨੇ ਕਿਸਮ ਦੇ ਨਸ਼ੇ ਹੁੰਦੇ ਨੇ सो स्टे पर अर्थात नशिया तो दूर रहोटॉक्स so, uh, नशे ने हूँ आ गया परनाउन क्या बच्चे आई वी मी अस यू यूअर ही शी इट इट्स हिज हर्स देर्स दम नाउन की थां ਜਾ ਪ੍ਰੋਪਰ ਨਾਉਨ ਦੀ ਥਾਂ ਜੋ ਚੀਜ਼ ਵਰਤੀ ਜਾਵੇ ਉਹਨੂੰ ਕੀ ਆ ਜਾਂਦਾ ਹੈ ਪ੍ਰੋਨੌਂ। ਸੋ ਦੇ ਆਰ ਪਲੇਇੰਗ ਕਬੱਡੀ। ਉਹ ਦੇਖੋ ਦੇ ਉਹ ਕੋਈ ਵੀ ਹੋ ਸਕਦੇ ਨੇ ਤੇ ਉਹ ਨਾਉਨ ਨੇ ਬੰਦੇ ਨੇ, ਕੁੜੀਆਂ ਨੇ ਉਹਨਾਂ ਦੀ ਥਾਂ ਸੀ ਵਰਤੇ ਦੇ। ਉਹ ਕਬੱਡੀ ਖੇਡ ਰਹੇ ਹਨ। ਯੂ ਐਂਡ ਆਈ ਇਹ ਦੋ। ਇਹ ਵੀ ਪ੍ਰੋਨੌਂ ਨੇ, ਇਹ ਵੀ ਪ੍ਰੋਨੌਂ ਨੇ। ਵਿਲ ਵਰਕ ਟੂਗੇਦਰ। ਤੁਸੀਂ ਅਤੇ ਮੈਂ ਦੋਨੋਂ ਇਕੱਠੇ ਕੰਮ ਕਰਾਂਗੇ। ਵੀ ਸ਼ੁੱਡ ਸਪੋਰਟ ਦੀ ਫਾਰਮਰਸ ਪ੍ਰੋਟੈਸਟ। ਪ੍ਰੋਟੈਸਟ ਹੁੰਦਾ ਬੱਚਿਓ ਵਿਰੋਧ। ਇਹ ਸੰਘਰਸ਼। फार्मर्स माने किसान फार्मर्स ਕਿਸਾਨਾਂ ਦਾ ਪ੍ਰੋਟੈਸਟ ਸਪੋਰਟ ਮੈਨੇ ਸਮਰਥਨ ਦੇਣਾ ਵੀ ਸ਼ੁੱਡ ਸਪੋਰਟ ਦੀ ਫਾਰਮਰਸ ਪ੍ਰੋਟੈਸਟ ਸਾਨੂੰ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ ਫਿਰ ਅੱਗੇ ਬੱਚਿਓ ਐਡਜੈਕਟਿਵਸ ਜਿਹਨੂੰ ਅਸੀਂ ਕਹਿੰਦੇ ਵਿਸ਼ੇਸ਼ਣ ਹੀ ਹੈਜ਼ ਆ ਸਮਾਲ ਹਾਊਸ ਹਾਊਸ ਨਾਉਨ ਹੈਗਾ ਤੇ ਕਿਦਾਂ ਦਾ ਹਾਊਸ ਸਮਾਲ ਹਾਊਸ ਛੋਟਾ ਹਾਊਸ ਉਹਦਾ ਕੋ ਛੋਟਾ ਘਰ ਹੈ ਵਿਚ ਹੀ ਕਲੀਨਸ ਹਿਮਸੈਲਫ ਜੇ ਦੀ ਰੱਖ ਰਖਾਵ ਜੇ ਦੀ ਸਾਫ ਸਫਾਈ ਉਹ ਆਪ ਕਰਦਾ ਹੈ ਛੋਟੇ ਕਰਦਾ ਬੱਚੇ ਵੀ ਫਿਰ ਉਹਨਾਂ ਨੇ ਕਿਹ ਲੋਕੀ ਬਹੁਤ ਵੱਡਾ ਵੱਡਾ ਕਾਰੋਂ ਨਾਲ ਲੈਂਦੇ ਨੇ ਉਥੇ ਗਾਂਦੀ ਵਿਆਰਾਂ ਦਾ ਤਰਾਕੀ ਵਿਆਰ ਹੁੰਦਾ ਕੋਈ ਨਾ ਝਾੜੂ ਕੋਚਾ ਲੱਗਦਾ ਹੀ ਲਾਂਦਾ ਹੀ ਰਹਿ ਜਾਂਦਾ ਸੋ ਅਸੀਂ ਵੱਡੇ ਕਾਰ ਬੱਚਿਓ ਐਵੇਂ ਚਾਹ ਜਾ ਕੇ ਬਣਾ ਦੇ ਲੈਨੇ ਪਰ ਫਿਰ ਉਹਨਾਂ ਸਾਹਮਣਾ ਬੜਾ ਉਪਰ ਹੁੰਦਾ ਸੋ ਮੇਰੇ ਹਿਸਾਬ ਦੇ ਨਾਲ ਜੇ ਦਲੀਲਾਂ ਦੇਖਿਆ ਜਾਵੇ ਸਾਨੂੰ ਕਾਰ ਵੱਡੇ ਨਹੀਂ ਬਣਾਉਣੇ ਚਾਹੀਦੇ ਉਹਨੇ ਕੋ ਬਣਾਉਣੇ ਚਾਹੀਦੇ ਜੇ ਜਿਵੇਂ ਅਸੀਂ ਆਪ ਵੀ ਸੌਕੇਟ ਢੰਗ ਨਾਲ ਅਸੀਂ ਕੀ ਤੇ ਆਏ ਗਈ ਦੀ ਅਸੀਂ ਮੁਲਕੀ ਉਹਨਾਂ ਦੀ ਵੀ ਆਉ ਭਗਤ ਕਰ ਸਕੀਏ ਸੋ ਇੱਕ ਇੱਕ ਅੱਧਾ ਕਮਰਾ ਰੱਖਿਆ ਜਾ ਸਕਦਾ ਹੈ ਜਾਂ ਜਿਹੜਾ ਦਿਨੇ ਕਮਰਾ ਬੈਠਣ ਉੱਠਣ ਨਹੀਂ ਹੁੰਦਾ ਉਹ ਚ ਹੀ ਪ੍ਰੋਣੇ ਸੌ ਸਕਦੇ ਨੇ ਸੋ ਦੀ ਰੀਜ਼ਨ ਫਾਰ ਹਿਸ ਗੁੱਡ ਹੈਲਥ ਹੈਲਥ ਨਾਉਨ ਹੈਗਾ ਕਿੱਦਾਂ ਦੀ ਹੈਲਥ ਵਧੀਆ ਹੈਲਥ ਇਜ਼ 댓 ਕਿ ਹੀ ਡਸ ਨਾਟ ਈਟ ਜੰਕ ਫੂਡ ਫੂਡ ਨਾਉਨ ਹੈਗਾ ਕਿੱਦਾਂ ਦਾ ਫੂਡ ਜੰਕ ਫੂਡ ਗੰਦਾ ਬੰਦਾ ਖਾਣਾ ਜੰਕ 버ਗਰ ਹੋ ਗਏ ਪੀਜ਼ਾ ਹੋ ਗਏ ਸੋ ਦੀ ਰੀਜ਼ਨ ਫਾਰ ਹਿਸ ਗੁੱਡ ਹੈਲਥ ਅਰਥਾਤ ਉਹਦੀ ਚੰਗੀ ਸਿਹਤ ਦਾ ਕਾਰਨ ਇਹ ਹੈ ਕਿ he does not eat junk food ki oh bazaar da junk food jeda hai jalebiyan samosay pakode ha na edda diyan chizyan mithaiyan burger pizza edda di khaiswa oh nahi khanda is karan oh di sehat wadhdi so junk vi adjective ho gaya te good vi adjective ho gaya he is kind and honest he mane oh hunna pronoun hga oh kitta da hai dhyalu hai ate honest imandar hai oh dhyalu ate imandar hai ਸੋ ਕਾਈਂਡ ਵੀ ਐਡਜੈਕਟਿਵ ਹੋ ਗਿਆ ਓਨੈਸਟ ਵੀ ਐਡਜੈਕਟਿਵ ਹੋ ਗਿਆ ਹੁਣ ਆ ਗਿਆ ਵਰਬਸ ਕਿਰਿਆਵਾਂ ਫਾਰ ਸ਼ਾਰਟ ਡਿਸਟੈਂਸਸਿਜ਼ ਛੋਟੀ ਦੂਰੀਆਂ ਲਈ ਹੀ ਪ੍ਰੀਫਰਸ ਟੂ ਵਾਕ ਉਹ ਤੁਰਨਾ ਪਸੰਦ ਕਰਦਾ ਹੈ ਉਹ ਤੁਰ ਕੇ ਜਾਣਾ ਪਸੰਦ ਕਰਦਾ ਹੈ ਉਹ ਤੁਰਨ ਨੂੰ ਤਰਜੀਹ ਦਿੰਦਾ ਹੈ ਫਾਰ ਸ਼ਾਰਟ ਡਿਸਟੈਂਸਸਿਜ਼ ਉਹ ਸਕੂਟਰ ਵਰਾ ਲੈ ਕੇ ਨਹੀਂ ਜਾਂਦਾ ਉਹਦਾ ਪੈਟਰੋਲ ਹੀ ਬਚਦਾ ਹੈ ਤੇ ਇਸੀ ਵਨ ਦੀ ਸਿਹਤ ਹੋ ਜਾਂਦੀ ਤੇ ਸਿਹਤ ਵਧੀਆ ਰਹਿੰਦੀ ਹੈ ਤੇ ਉਹਦੇ ਨਾਲ ਵਾਤਾਵਰਣ ਵੀ ਵਧੀਆ ਰਹਿੰਦਾ ਹੈ सो so, दूजा आ गया स्टडी होना यह वॉक जरा बच्चों ए वर्ब हैगी क्रिया है ना सो स्टडी रेगूलरली अर्थात निरंतर पढ़ो रोज पढ़ो एंड फीयर नॉट अ फिर ना डरो कितों दी एग्जामिनेशन फिर इम्तिहान तो डर नहीं लगेगा इम अर्थात निरंतर पढ़ो तो पेपर तो ना डरो सो फीयर नॉट हो गई होगी स्टडी भी वर्ब हो गई एलकोहल शराब has destroyed destroy ਦਾ ਕਵਾ ਕਰਨਾ has destroyed ਤਬਾਹ ਕਰ ਚੁੱਕੀ ਹੈ ਮੈਨੀ ਫੈਮਿਲੀਜ਼ ਕਈ ਪਰਿਵਾਰਾਂ ਨੂੰ ਸ਼ਰਾਬ ਬਹੁਤ ਸਾਰੇ ਪਰਿਵਾਰਾਂ ਨੂੰ ਤਬਾਹ ਕਰ ਚੁੱਕੀ ਹੈ ਸੋ ਬੱਚਿਓ ਸਾਨੂੰ ਇਦਾਂ ਦੀ ਬਿਮਾਰੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਅਗਲਾ ਆ ਗਿਆ ਬੱਚਿਓ ਐਡਵਰਬਸ ਐਡਵਰਬ ਹੁੰਦੀ ਹੈ ਕਿਰਿਆ ਵਿਸ਼ੇਸ਼ਣ ਸੋ ਕਿਰਿਆ ਵਿਸ਼ੇਸ਼ਣ ਕੀ ਕਰਦਾ ਬੱਚਿਓ ਜਿਵੇਂ ਐਡਜੈਕਟਿਵ ਨਾਉਨ ਨੂੰ ਮੋਡੀਫਾਈ ਕਰਦਾ ਹੈ ਨਾਉਨ ਬਾਰੇ ਜਾਣਕਾਰੀ ਦਿੰਦਾ ਹੈ ਤੇ ਜਿਹੜੀ ਐਡਵਰਬ ਹੈ ਇਹ ਵਰਬ ਨੂੰ ਮੋਡੀਫਾਈ ਕਰਦੀ ਹੈ ਦੂਜੀ ਖੋਰ ਐਡਵਰਬ ਨੂੰ ਮੋਡੀਫਾਈ ਕਰਦੀ ਹੈ ਤੇ ਐਡਜੈਕਟਿਵ ਜਾਂ ਫਿਰ ਐਡਜੈਕਟਿਵ ਨੂੰ ਮੋਡੀਫਾਈ ਕਰਦੀ ਹੈ ਠੀਕ ਹੈ ਸੋ ਆਫਟਰ ਅ ਡੇਜ਼ ਹਾਰਡ ਵਰਕ ਡੇਜ਼ ਬਨੇ ਥੈਨ ਦੇ ਹਾਰਡ ਵਰਕ ਸਖਤ ਮਿਹਨਤ ਵਾਲ ਅਰਥਾਤ ਦਿਨ ਦੀ ਸਖਤ ਮਿਹਨਤ ਤੋਂ ਬਾਅਦ ਹੀ ਸlept ਸਾਉਂਡਲੀ ਉਹ ਸੁੱਤਾ ਕਿਦਾਂ ਸੁੱਤਾ ਸਾਉਂਡਲੀ ਡੂੰਗੀ ਨੀਂਦ ਵਿੱਚ ਸੁੱਤਾ ਸਖਤ ਮਿਹਨਤ ਕਰਕੇ ਉਹ ਫਿਰ ਡੂੰਗੀ ਨੀਂਦ ਵਿੱਚ ਸੁੱਤਾ she was embroidering embroider ਹੁੰਦਾ ਵਿੱਚੋ ਕਢਾਈ ਕਢਣੀ was embroidering ਮਨੇ ਕਢਾਈ ਕਰ ਰਹੀ ਸੀ ਬਿਊਟੀਫੁਲੀ ਬੜੇ ਸੋਹਣੇ ਢੰਗ ਨਾਲ ਉਹ ਬੜੇ ਸੋਹਣੇ ਢੰਗ ਨਾਲ ਕਢਾਈ ਕਰ ਰਹੀ ਸੀ she quickly prepared prepare ਮਨੇ ਤਿਆਰ ਕਰਨਾ prepared ਮਨੇ ਤਿਆਰ ਕੀਤਾ quickly prepared ਫਟਾਫਟ ਤਿਆਰ ਕੀਤਾ ਕੀ ਦੀ ਮੀਲਸ ਭੋਜਨ ਖਾਣਾ ਪੀਣਾ ਕਾਦੇ ਲਈ for the guests ਪਰੋਣੇ ਲਈ ਉਹਨੇ ਪਰੋਣਿਆਂ ਲਈ ਫਟਾਫਟ ਖਾਣਾ ਤਿਆਰ ਕੀਤਾ ਤੇ ਰਾਕੇ ਵਿੱਚ ਪ੍ਰੈਪੋਜੀਸ਼ਨਸ ਸੋ ਇਹ ਹੁੰਦੇ ਨੇ ਇਨ ਇਨਟੂ ਅਬਵ ਬਿਲੋ ਆਫਟਰ ਬਿਹਾਈਂਡ ਬਿਫੋਰ ਬੜੇ ਸਾਰੇ ਹੁੰਦੇ ਨੇ ਠੀਕ ਹੈ ਸੋ ਮੈਂ ਇਹਨਾਂ ਤਿੰਨ ਤਿੰਨ ਐਗਜ਼ਾਮਪਲ ਕਹਿਨੇ ਸੋ ਤਿੰਨ ਦੇ ਰਿਹਾ ਬੱਚੋ ਮੇਰੇ ਮਨ ਦੀ ਰੀਜ ਹੈ ਜਦੋਂ ਤੁਹਾਡਾ ਸਿਲੇਬਸ ਖਤਮ ਹੋ ਜਾਏਗਾ ਸਪਾਰਟਸ ਆਫ ਸਪੀਚ ਦਾ ਮੈਂ ਇੱਕ ਅਲੱਗ ਸੋਚੇ ਪਲੇਲਿਸਟ ਬਣਾ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਨਾਉਨ ਵਰਬ ਡਿਟੇਲਸ ਕਿਉਂਕਿ ਇਹ ਬਹੁਤ ਕੁਝ ਹੈ ਐਡਵਰਬਸ ਬਹੁਤ ਕੁਝ ਹੈ ਪ੍ਰੈਪੋਜੀਸ਼ਨਸ ਵੀ ਬਹੁਤ ਕੁਝ ਹੈ ਮੇਰੇ ਮਤਲਬ ਕਿ ਇਹ ਇੱਕ ਇੱਕ ਪ੍ਰੈਪੋਜੀਸ਼ਨ ਤੇ ਮੈਨੂੰ ਲੱਗਦਾ 3 3 4 4 ਵੀਡੀਓ ਬਣ ਜਾਣਗੇ ਸੋ ਆਨਲੇ ਸਮਝ ਜੇ ਪਰਮਾਤਮਾ ਨੇ ਚਾਇਆ ਤੇ ਮੈਂ ਬਣਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਸੋ ਦੇ ਆਰ ਸਿਟਿੰਗ ਇਨ ਦੀ ਵੇਟਿੰਗ ਰੂਮ ਉਹ ਉਡੀਕ ਕਮਰੇ ਵਿੱਚ ਬੈਠੇ ਹਨ ਕਿਉਂਕਿ ਉਹਨਾਂ ਨੇ ਇਕੱਲਾ ਕਮਰਾ ਬੈਠਾ ਮੰਨ ਕਿਤੇ ਗਿਆ ਹੋਇਆ ਰੇਲਵੇ ਸਟੇਸ਼ਨਾਂ ਤੇ ਵੀ ਹੁੰਦਾ ਹੈ ਡਾਕਟਰਾਂ ਦੇ ਵੀ ਹੁੰਦਾ ਹੈ ਕਿ ਦਫ਼ਤਰਾਂ 'ਚ ਹੀ ਹੁੰਦਾ ਵੇਟਿੰਗ ਰੂਮ ਵੀ ਉੱਥੇ ਤੁਸੀਂ ਉਡੀਕ ਕਰੋ ਸੋ ਦੇ ਆਰ ਸਿਟਿੰਗ ਇਨ ਦੀ ਵੇਟਿੰਗ ਰੂਮ ਉਹ ਵੇਟਿੰਗ ਰੂਮ ਵਿੱਚ ਬੈਠੇ ਹੋਏ ਹਨ ਦੀ ਗੁਰਦੁਆਰਾ ਇਜ਼ ਅਕ੍ਰੋਸ ਦਾ ਸਟਰੀਟ ਐਕਰੋਸ ਦਾ ਸਟਰੀਟ ਦਾ ਮਤਲਬ ਹੈ ਗਲੀ ਦੇ ਦੂਜੇ ਵੱਨੇ ਗੁਰਦੁਆਰਾ ਗਲੀ ਦੇ ਦੂਜੇ ਪਾਸੇ ਹੈ ਗੁਰਦੁਆਰਾ ਗਲੀ ਦੇ ਦੂਜੇ ਵੱਨੇ ਹੈ ਰੇਨ ਡ੍ਰੋਪਸ ਮੀਂਹ ਦੀਆਂ ਬੂੰਦਾਂ ਟ੍ਰਿਕਲਡ ਮਨੇ ਰੜਕੇ ਆਣਾ ਹੌਲੀ-ਹੌਲੀ ਆਣਾ ਡਾਊਨ ਥੱਲੇ ਦੀ ਵਿੰਡੋ ਪੇਨ ਪੇਨ ਮਨੇ ਸ਼ੀਸ਼ਾ ਵਿੰਡੋ ਪੇਨ ਮਨੇ ਖਿੜਕੀ ਦਾ ਸ਼ੀਸ਼ਾ ਪਾਣੀ ਦੀਆਂ ਬੂੰਦਾਂ ਖਿੜਕੀ ਦੇ ਸ਼ੀਸ਼ੇ ਦੇ ਰੜਕੇ ਥੱਲੇ ਆਈਆਂ

इतनी हाईफन लगा सार्ड तो बाद डैश लगा सकते हो ठीक है विल यू हैव टी और कॉफी ती चाह लो गां ली लो गए है ना और कंजंक्शन आ गया एंड कंजंक्शन ठीक है ही लुक्स लीन लीन उन्हें पतला जहा ही लुक्स लीन और पतला दिसद बट ही इज नॉट वीक पर माड़ चू नहीं है माड़ा नहीं कुछ बड़ी जान हैगी लुक्स लीन बट ही इज नॉट वीक ਸੋ ਬਟ ਜਿਹੜਾ ਉਹ ਕਨਜੰਕਸ਼ਨ ਹੈ ਹੁਣ ਆ ਗਿਆ ਬੱਚੋ ਇੰਟਰਜੰਕਸ਼ਨਸ ਯੂ نو ਅਸੀਂ ਐਕਸਕਲੇਮੇਸ਼ਨਸ ਵੀ ਕਹ ਦਿੰਨੇ ਆ ਜੇ ਵਿੱਚ ਕੋਈ ਹੈਰਾਨੀ ਖੁਸ਼ੀ ਚਿੰਤਾ ਡਰ ਅਫਸੋਸ ਪ੍ਰਗਟ ਕਰੀਦਾ ਹਰੇ ਜਿਵੇਂ ਬੱਲੇ ਬੱਲੇ ਅਵਰ ਟੀਮ ਹੈਜ਼ ਵਨ ਦਾ ਗੇਮ ਸਾਡੀ ਟੀਮ ਖੇਡ ਜਿੱਤ ਗਈ ਹੈ ਵਾਓ ਜਿਵੇਂ ਵਾਹ ਬਈ ਵਾਹ ਆਈ ਹੈਵ ਹਿਟ ਦਾ ਬੁੱਲ ਸਾਈਂ ਮਤਲਬ ਬੁੱਲ ਜੇ ਕੀ ਹੁੰਦੀ ਹੈ ਬੱਚੜੇ ਨਿਸ਼ਾਨਾ ਲਈ ਲੈਂਦੇ ਕੋਈ ਕੁੰਬਾ ਸਿੱਟਦੇ ਨੇ ਜਾਂ ਤੀਰ کمان ਨਾਲ ਨਿਸ਼ਾਨਾ ਖੇਡਦੇ ਨੇ ਜਾਂ ਗੋਲੀ ਨਾਲ ਨਿਸ਼ਾਨਾ ਖੇਡਦੇ ਨੇ ਤੇ ਗੋਲ ਜੇ ਚੱਕਰ ਬਣੇ ਹੁੰਦੇ ਨੇ ਤੇ ਜਿਹੜਾ ਸੈਂਟਰਲ ਚੱਕਰ ਹੁੰਦਾ ਨਾ ਜਿੱਥੇ ਤੁਹਾਡਾ ਨਿਸ਼ਾਨਾ ਸੈਂਟਰ ਵਿੱਚ ਲੱਗੇ ਕੇਂਦਰ ਵਿੱਚ ਲੱਗੇ ਉਹਨੂੰ ਅਸੀਂ ਕਹਿੰਦੇ ਹਾਂ ਬੁਲਜ਼ ਆਈ ਆਈ ਹੈਵ ਹਿਟ ਦਾ ਬੁਲਜ਼ ਆਈ ਤੇ ਇੱਕ ਮੁਹਾਵਰਾ ਵੀ ਹੈਗਾ ਕਿ ਜਿਹੜਾ ਕੰਮ ਮੈਂ ਕਰਨਾ ਲੋਚਦਾ ਸੀ ਉਹ ਬਿਲਕੁਲ ਉਸੇ ਹਿਸਾਬ ਨਾਲ ਸਿਰੇ ਚੜ ਜਾਏ ਤੇ ਅਸੀਂ ਇਹ ਵੀ ਕਹਿੰਦੇ ਹਾਂ ਆਈ ਹੈਵ ਹਿਟ ਦਾ ਬੁਲਜ਼ ਆਈ ਕਿ ਜਿੱਦਾਂ ਮੈਂ ਸੋਚਿਆ ਸੀ ਜਿੱਦਾਂ ਮੈਂ ਵਿਉਂਤਬੰਦੀ ਕੀਤੀ ਸੀ ਉਦਾਂ ਹੀ ਹੋ ਗਿਆ ਤੇ ਕਹਾਂਗੇ ਵਾਹ ਆਈ ਹੈਵ ਹਿਟ ਦਾ ਬੁਲਜ਼ ਆਈ ਅਰਥਾਤ ਮੈਂ ਉਹ ਜਿਹੜਾ ਉਹ ਕਾਮਯਾਬੀ ਹਾਸਲ ਕਰ ਲਈ ਹੈ ਜਾਂ ਸਿੰਨਦਾ ਕਹਾਂਗੇ ਪੰਜਾਬੀ ਵਿੱਚ ਮੇਰਾ ਤੀਰ ਠੀਕ ਨਿਸ਼ਾਨੇ ਤੇ ਲੱਗਾ ਹੈ ਤੀਰ ਨਿਸ਼ਾਨੇ ਤੇ ਲੱਗਣਾ ਬਿਲਕੁਲ ਉੱਥੇ ਬਿੰਦੂ ਤੇ ਉਹਨੂੰ ਕਹਿੰਦੇ ਆ ਬੁਲਸ ਆਈ ਇਹ ਬੱਚੇ ਵੇ ਜਾਣ ਕੇ ਇਦਾਂ ਦੇ ਸ਼ਬਦ ਪੜਨਾ ਤਾਂ ਕਿ ਇਸ ਹੀ ਵਾਰ ਨੇ ਤੁਹਾਨੂੰ ਨਵੇਂ-ਨਵੇਂ ਸ਼ਬਦਾਂ ਦਾ ਅੰਗਰੇਜ਼ੀ ਦਾ ਪਤਾ ਲੱਗਦਾ ਰਹੇ ਤੇ ਤੁਹਾਡੀ ਅੰਗਰੇਜ਼ੀ ਥੋੜੀ ਇੰਪਰੂਵ ਹੋਵੇ ਆਊਜ ਹੇ ਊਚ ਯੂ ਹੈਵ ਸਟੈਪਡ ਔਨ ਮਾਈ ਫੁੱਟ ਤੂੰ ਮੇਰੇ ਪੈਰ ਤੇ ਪੈਰ ਰੱਖ ਦਿੱਤਾ ਹੈ ਤੇ ਮੈਨੂੰ ਸਭ ਮੈਨੂੰ ਦਰਦ ਹੋ ਰਹੀ ਹੈ ਆਉਚ ਆਉਚ ਤਾਂ ਉਹ ਲੇ ਜਦੋਂ ਦਰਦ ਹੋ ਰਹੀ ਹੋਵੇ ਸੋ ਯੂ ਹੈਵ ਸਟੈਪਡ ਓਨ ਮਾਈ ਫੁੱਟ ਅਰਥਾਤ ਤੂੰ ਮੇਰੇ ਪੈਰ ਤੇ ਆਪਣਾ ਪੈਰ ਰੱਖ ਦਿੱਤਾ ਸੋ ਐਸੀ ਪਿਆਰੇ ਵਿਦਿਆਰਥੀਓ ਅੱਠ ਪਾਰਟਸ ਆਫ ਪਾਰਟਸ ਆਫ ਸਪੀਚ ਤੇ ਉਹਨਾਂ ਹਰੇਕ ਪਾਰਟ ਆਫ ਸਪੀਚ ਦੇ ਤਿੰਨ ਤਿੰਨ ਉਦਾਹਰਣ ਸੋ ਤੁਸੀਂ ਇਹਨਾਂ ਨੂੰ ਦੇ ਨੋਟ ਕਰ ਲਓ ਇਹਨਾਂ ਦਾ ਅਭਿਆਸ ਕਰੋ ਤੇ ਬੱਚਿਓ ਇਹਨਾਂ ਦੇ ਆਧਾਰ ਤੇ ਤੁਸੀਂ ਆਪਣੇ ਵੱਲੋਂ ਥੋੜਾ ਬਹੁਤ ਵਦਾ ਘਟਾ ਕਰਕੇ ਹੇਅਰ ਫਰ ਹੇਅਰ ਫਿਲ ਹੇਅਰ ਫੇਅਰ ਕਰਕੇ ਮਤਲਬ ਕਿ ਵਦਾ ਘਟਾ ਕੇ ਜਾਂ ਹੋਰ ਆਪਣੇ ਵੱਲੋਂ ਸੋਚ ਕੇ ਤੁਸੀਂ ਵੀ ਆਪਣੇ ਵੱਲੋਂ ਕੋਈ ਨਾ ਕੋਈ ਵਾਕ ਬਣਾਉਂਦਾ ਜਰੂਰ ਯਤਨ ਕਰੋ ਜਿਹੜੇ ਤੁਸੀਂ ਦਾ ਕਰੋਗੇ ਤੁਹਾਡਾ ਸਵੈ ਭਰੋਸਾ ਵਧੇਗਾ ਤੁਹਾਡਾ ਅਭਿਆਸ ਹੋਏਗਾ ਤੁਹਾਡਾ ਕੌਨਫੀਡੈਂਸ ਵਧੇਗਾ ਤੇ ਤੁਹਾਨੂੰ ਬੜਾ ਚੰਗਾ ਲੱਗੇਗਾ ਸੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਬ ਰੱਖਾ ਥੈਂਕ ਯੂ ਵੈਰੀ ਮਚ